दैनिक सवेरा अंधेरे से उजाले की ओर। सरब सांझी संघर्ष कमेटी मकसूदा की ओर से शहीद बाबा दीप सिंह जी के शहीदी पर्व के अवसर पर दूसरा महान कीर्तन दरबार बड़ी श्रद्धा भाव से करवाया गया, जिसमें ज्ञानी माहल सिंह ने शब्द गायन एवं कीर्तन कर उपस्थित संगत को निहाल किया। इस मौके पर मुख्य संसदीय सचिव केडी भंडारी, पार्षद गुरदीप सिंह नागरा, जिला कांग्रेस कमेटी शहरी के प्रधान राजेंद्र बेरी ने विशेष रूप से उपस्थित होकर गुरु का आशीर्वाद प्राप्त किया। इस दौरान आई हुई संगत के लिए विशेष लंगर की भी व्यवस्था की गई। इस मौके पर बलबीर सिंह, अवतार सिंह घुम्मन, सुखदीप सिंह सहित अन्य लोग भी मौजूद थे। ਜਗਾ ਤੇ ਚਿੱਕੜ ਇਹੋ ਜਿਹਾ ਅਜੀਬ ਹੁੰਦਾ, ਜਦੋਂ ਕੋਈ ਚੀਜ਼ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੀ ਸਗੋਂ ਠਾਹ ਨੂੰ ਧੱਸਦੀ ਜਾਂਦੀ ਹੈ। ਉਹ ਜਿਹੜਾ ਸੂਰ ਸੀ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਜਿੰਨਾ ਉਹ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹਨਾਂ ਉਹ ਠਾਹ ਨੂੰ ਧੱਸਦਾ ਜਾ ਰਿਹਾ ਸੀ। ਲਿੰਕਨ ਨੇ ਜਦੋਂ ਉਹਨੂੰ ਵੇਖਿਆ ਚਿੱਕੜ ਚੋਂ ਬਾਹਰ ਕੱਢਿਆ, ਜਦੋਂ ਬਾਹਰ ਕੱਢਿਆ ਉਹਨੇ ਆਪਣਾ ਪਿੰਡਾ ਛੱਡਿਆ ਤੇ ਜਿਹੜੀਆਂ ਗੰਦੀਆਂ ਛਿੱਟਾਂ ਸੀ ਨਾ ਉਹ ਲਿੰਕਨ ਦੇ ਕੱਪੜਿਆਂ ਤੇ ਪੈ ਗਈਆਂ। ਫਿਰ ਉਹਨੇ ਘੜੀ ਵੇਖੀ ਵੀ ਹੁਣ ਟਾਈਮ ਇਹਨੇ ਗਿਆ, ਮੀਟਿੰਗ ਦਾ ਟਾਈਮ ਹੋ ਗਿਆ, ਉਹ ਚਲੇ ਗਿਆ। ਲੋਕ ਵੇਖ ਕੇ ਬੜਾ ਹੈਰਾਨ ਹੋਏ, ਆਖਰ ਸੈਕਟਰੀ ਸਾਹਿਬ ਨੇ ਉਹਨੂੰ ਪੁੱਛ ਲਿਆ, ਪ੍ਰਧਾਨ ਜੀ ਤੁਹਾਡੇ ਇੰਨੇ ਕੱਪੜੇ ਕਿਤਨਾ ਗੰਦੇ ਹੋਏ? ਉਹਨੇ ਆਖਿਆ ਕੋਈ ਗੱਲ ਨਹੀਂ, ਇਸ ਤਰ੍ਹਾਂ ਰਸਤੇ 'ਚ ਤੁਰਿਆ ਆ ਰਿਹਾ ਸਾ ਤੇ ਆਹ ਕਹਾਣੀ ਵਾਪਰੀ ਆ, ਤੇ ਮੁੜ ਕੇ ਮੇਰੇ ਕੋਲ ਟਾਈਮ ਨਹੀਂ ਸੀ ਹੈਗਾ। ਫਿਰ ਸੈਕਟਰੀ ਸਾਹਿਬ ਨੇ ਸਟੇਜ ਉੱਤੇ ਪ੍ਰਧਾਨ ਦੀ ਉਸਤ ਸ਼ੁਰੂ ਕੀਤੀ ਕਰਨੀ ਕਿ ਸਾਡੇ ਦੇਸ਼ ਦੇ ਪ੍ਰਧਾਨ